ਤੇ ਉੱਠ ਕੇ ਮਹਾਰਾਜ ਜੀ ਦੇ ਸਾਹਮਣੇ ਇਹਨਾਂ ਦੇ ਗਲ ਵਿੱਚ ਪਾਇਆ ਪੱਲਾ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦਾਸ ਦਾ ਇੱਕ ਸਿਰਤਾ ਕਿਹਾ ਸੱਤ ਜਨਮ ਹਾਜ਼ਰ ਨੇ ਅੰਗ ਅੰਗ ਹਾਜ਼ਰ ਹੈ ਪਰ ਮਹਾਰਾਜ ਜਿਹੜਾ ਪੰਥ ਖਾਲਸਾ ਸਜਾਉਣ ਲੱਗੇ ਹੋ ਇਹਦੇ ਵਿੱਚ ਕੋਈ ਕਸਰ ਨਾ ਰਹਿ ਜਾਵੇ ਸਤਿਗੁਰੂ ਮਹਾਰਾਜ ਜੀ ਨੇ ਦਇਆ ਨਾਮ ਨੂੰ ਬਾਹੋ ਫੜਿਆ ਤੇ ਤੰਬੂ ਦੇ ਵਿੱਚ ਲੈ ਗਏ ਸਾਰੇ ਇਤਿਹਾਸ ਕਹਿੰਦੇ ਨੇ ਕਿਰਪਾਨ ਚੱਲੀ ਹੈ ਗੁਰੂ ਮਹਾਰਾਜ ਜੀ ਨੇ ਦਇਆ ਨਾਮ ਨੂੰ ਅੰਦਰ ਛਿੜਕਾ ਦਿੱਤਾ ਜਦੋਂ ਦੂਸਰੀ ਵਾਰੀ ਬਾਹਰ ਆਉਂਦੇ ਨੇ ਨਾ ਕਈ ਸੰਗਤਾਂ ਨੂੰ ਸ਼ੱਕ ਸ਼ੰਕਾ ਹੁੰਦਾ ਕਿ ਮਹਾਰਾਜ ਹੋ ਸਕਦਾ ਕੋਈ ਹਾਸਾ ਮਖੌਲ ਕਰਦੇ ਹੋਣ ਆਮ ਸੰਗਤਾਂ ਨੂੰ ਏਦਾਂ ਦਾ ਆਸਰ ਕਈ ਵਾਰ ਚੱਲਦਾ ਰਹਿੰਦਾ ਸੀ ਇਤਿਹਾਸ ਲਿਖਦਾ ਕਿ ਜਦੋਂ ਮਹਾਰਾਜ ਜੀ ਦੁਬਾਰਾ ਵਾਪਸ ਬਾਹਰ ਆਏ ਨੇ ਨਾ ਉਹਨਾਂ ਦੇ ਹੱਥ ਦੇ ਵਿੱਚ ਫਿਰ ਤਲਵਾਰ ਆ ਤੇ ਲਹੂ ਲੱਗਿਆ ਹੋਇਆ ਨਿਕਲੀ ਹੋਈ ਹੈ ਹੁਣ ਜਿਹਨਾਂ ਨੂੰ ਸ਼ੱਕ ਸ਼ੰਕਾ ਸੀ ਨਾ ਸਾਰਾ ਹੀ ਨਿਕਲ ਗਿਆ ਉਹ ਸਾਰੇ ਸਮਝ ਗਏ ਕਿ ਮਹਾਰਾਜ ਜੀ ਨੇ ਤਾਂ ਸਿੱਖ ਨੂੰ ਝਟਕਾ ਦਿੱਤਾ ਹੈ ਸਿੱਖ ਨੂੰ ਝਟਕਾਇਆ ਜਾਂ ਨਹੀਂ ਝਟਕਾਇਆ ਅੱਜ ਬਹੁਤ ਕਿੰਤੂ ਪ੍ਰੰਤੂ ਹੋਣ ਲੱਗ ਗਏ ਨਾ ਮਾਫ ਕਰਨਾ ਪੰਜਾਂ ਪਿਆਰਿਆਂ ਦੇ ਸੀਸ ਕਤਲ ਤੇ ਕਿੰਤੂ ਬਾਬਾ ਦੀਪ ਸਿੰਘ ਜੀ ਦਾ ਉਹ ਖੱਬੀ ਤਲੀ ਦੇ ਸੀਸ ਰੱਖ ਕੇ ਲੜਨਾ ਕਿੰਤੂ ਪੰਜਾਂ ਲਾਉਣਾ ਗੁਰੂ ਨਾਨਕ ਦੇ ਮਹਾਰਾਜ ਜੀ ਵੱਲੋਂ ਕਿੰਤੂ ਬਾਣੀ ਦੇ ਉੱਤੇ ਕਿੰਤੂ ਹੋਰ ਬੜਾ ਕੁਝ ਹੈ ਜਿਹਦੇ ਉੱਤੇ ਕਿੰਤੂ ਹੋ ਰਿਹਾ ਸਤ ਸੰਗਤ ਜੀ ਸਾਡੇ ਮਾਤਾ ਪਿਤਾ ਜਦੋਂ ਕਮਰੇ ਚ ਹੁੰਦੇ ਨੇ ਪੁੱਤਰਾਂ ਦਾ ਧੀਆਂ ਦਾ ਫਰਜ਼ ਬਣਦਾ ਝਾਕਣ ਕੀ ਕਰਦੇ ਆ ਮਾਤਾ ਪਿਤਾ ਅੰਦਰ ਉਹ ਸਾਡੇ ਪਿਤਾ ਨੇ ਸਾਡਾ ਵੀ ਕੀ ਫਰਜ਼ ਬਣਦਾ ਗੁਰੂ ਸਿੱਖ ਨੂੰ ਅੰਦਰ ਲੈ ਗਏ ਸਾਡਾ ਕੋਈ ਫਰਜ਼ ਬਣਦਾ ਸੀ ਤੱਬੂ ਦੇ ਵਿੱਚੋਂ ਝਾਤੀਆਂ ਮਾਰੀਏ ਮਹਾਰਾਜ ਨੇ ਸਰਮੰਗੇ ਤੇ ਖਾਲਸੇ ਨੇ ਦੇ ਦਿੱਤੇ ਨੇ ਇਹ ਸਤ ਸੰਗਤ ਜੀ ਕਿੰਤੂ ਪ੍ਰਾਂਤਵਾਂ ਦਾ ਜੋ ਬਚਣ ਦੀ ਲੋੜ ਹੈ ਮਾਫ਼ ਕਰਨਾ ਪਹਿਲਾਂ ਵੀ ਬੇਨਤੀ ਕੀਤੀ ਸੀ ਮੁਸਲਮਾਨ ਕਹਿੰਦੇ ਸਿੱਖ ਦਾ ਕਾਫ਼ਰ ਨੇ ਆਪਾਂ ਹੈ ਨੀ ਸੀ ਕਾਫ਼ਰ ਕਿਉਂ ਕਾਫ਼ਰ ਉਹਨੂੰ ਕਹਿੰਦੇ ਜਿਹੜਾ ਰੱਬ ਦੀ ਹੋਂਦ ਨੂੰ ਮੰਨੇ ਹੀ ਨਾ ਰੱਬ ਵੀ ਕੋਈ ਚੀਜ਼ ਆ ਸਾਨੂੰ ਤਾਂ ਗੁਰੂ ਨਾਨਕ ਨੇ ਇੱਕ ਓਮਕਾਰ ਦੇ ਪੁਜਾਰੀ ਨਾਲ ਦੱਸਦਾ ਅਸੀਂ ਕਾਫ਼ਰ ਕਿੱਧਰੋਂ ਹੋ ਗਏ ਆ ਜਿਹੜੀ ਗੱਲ ਕੀਤੀ ਹੈ ਨਾ ਕਿੰਤੂ ਪ੍ਰੰਤੂ ਕਰਨ ਵਾਲੇ ਸਾਡੇ ਵਿੱਚ ਪੈਦਾ ਹੋ ਗਏ ਕਿ ਸਾਡੇ ਵਿੱਚ ਕਾਫ਼ਰ ਪੈਦਾ ਹੋ ਗਏ ਮਾਫ਼ ਕਰਨਾ ਚਲੋ ਦੂਸਰੀ ਵਾਰ ਮਹਾਰਾਜ ਜੀ ਮਹਾਰਾਜ ਨੇ ਖਾਲਸਾ ਜੀ ਇੱਕ ਸਰ ਹੋਰ ਚਾਹੀਦਾ ਪਹਿਲਾਂ ਤਾਂ ਆਏ ਸੀ ਕਿ ਮਹਾਰਾਜ ਸ਼ਾਇਦ ਅੰਦਰ ਲੈ ਜਾਣਗੇ ਸਿੱਖ ਨੂੰ ਕੋਈ ਅੱਡੀ ਗੱਲ ਨਹੀਂ ਹੁਣ ਤਾਂ ਝਟਕਾ ਦਿੱਤਾ ਸਿੱਖਾਂ ਹੁਣ ਕਿਹੜਾ ਉੱਥੇ ਦੋ ਤਿੰਨ ਵਾਰ ਕਹਿਣ ਦੇ ਉੱਤੇ ਫਿਰ ਧਰਮਦਾਸ ਉੱਠੇ ਨੇ ਚੱਲੀ ਨੇ ਰਹਿਣ ਵਾਲੇ ਉਹਨਾਂ ਨੇ ਉੱਠ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਦਇਆ ਨਾਮ ਦੀ ਤਰ੍ਹਾਂ ਸੀਸ ਨਵਾਇਆ ਸਮੇਂ ਦੇ ਵਿੱਚ ਸਮਾਪਤੀ ਹੋ ਜਾਵੇ ਇਸ ਲਈ ਸ਼ਾਰਟਕੱਟ ਜਾ ਰਹੇ ਆ ਤੇ ਮਹਾਰਾਜ ਨੇ ਉਹਨੂੰ ਵੀ ਕੋਈ ਸਵਾਲ ਨਹੀਂ ਕਰਿਆ ਜਾਂ ਤੈਨੂੰ ਮੌਤ ਤੋਂ ਡਰ ਲੱਗਦਾ ਜਾਂ ਕੁਝ ਨਹੀਂ ਪੁੱਛਿਆ ਸਿੱਖ ਨੂੰ ਬਾਹੋ ਫੜਿਆ ਤੰਬੂ ਚ ਲੈ ਗਏ ਉਵੇਂ ਹੀ ਦੁਹਰਾ ਕੇ ਸਾਰੀ ਵਾਰ ਤਾਂ ਫੇਰ ਬਾਹਰ ਆ ਗਏ ਤੀਜੀ ਵਾਰ ਜਦੋਂ ਬਾਹਰ ਆ ਗਏ ਨੇ ਮਹਾਰਾਜ ਕਹਿਣ ਲੱਗੇ ਕਿਉਂਕਿ ਜਦੋਂ ਪਹਿਲਾਂ ਦੂਜਾ ਸਿੱਖ ਝਟਕਾ ਦਿੱਤਾ ਕਮਜ਼ੋਰ ਦਿਲਾਂ ਵਾਲੇ ਬੜੇ ਭੱਜਣ ਲੱਗ ਗਏ ਕਿ ਮਹਾਰਾਜ ਨੇ ਕਹਿਤਾ ਜੀ ਉੱਠ ਕੇ ਤੂੰ ਆ ਜਾਣਾ ਹੀ ਪੈਣਾ ਹੈ ਹੁਣ ਮੌਤ ਨੂੰ ਮਾਫ਼ੀ ਕੌਣ ਆਖੇ ਤੰਗ ਦਿਲੇ ਕਮਜ਼ੋਰ ਦਿਲ ਉੱਠ ਕੇ ਭੱਜਣ ਲੱਗੇ ਨੇ ਖਾਲਸਾ ਜੀ ਸਾਡੇ ਬਾਹਰ ਆਉਣ ਤੋਂ ਪਹਿਲਾਂ ਕੋਈ ਨਾ ਕੋਈ ਸਿੱਖ ਤਿਆਰ ਰਿਹਾ ਕਰੋ ਹੋਰ ਇੱਕ ਸਿਰ ਹੋਰ ਚਾਹੀਦਾ ਹਿੰਮਤ ਰਾਏ ਉੱਠਿਆ ਮਹਿਰਿਆਂ ਦੀ ਬਰਾਦਰੀ ਦੇ ਵਿੱਚੋਂ ਇੱਥੇ ਤਾਂ ਜਾਤਾਂ ਪਾਤਾਂ ਮਹਾਰਾਜ ਨੇ ਭਾਵੇਂ ਉਸ ਦਿਨ ਤੋਂ ਖਤਮ ਕਰ ਦਿੱਤੀਆਂ ਉਹ ਉੱਠ ਕੇ ਖੜਾ ਹੋਇਆ ਗੱਲ ਵਿੱਚ ਪਾਇਆ ਪੱਲਾ ਹੈ ਪਤਾ ਕੌਣ ਹੈ ਜਿਹੜਾ ਠੰਡੇ ਬੁਰਜ ਵਿੱਚ ਦੁੱਧ ਪਿਲਾਉਣ ਵਾਲਾ ਮੋਤੀ ਰਾਮ ਹੋਇਆ ਇਹ ਉਹਦਾ ਚਾਚਾ ਹੈ ਅੱਠਵੇਂ ਪਾਤਸ਼ਾਹ ਨੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਜਿਸ ਛੱਜੂ ਝੀਵਰ ਤੋਂ ਗੀਤਾ ਦੇ ਅਰਥ ਕਰਾਏ ਸੀ ਉਹਦੇ ਖਾਨਦਾਨ ਵਿੱਚੋਂ ਖੋਲਦਾ ਨਹੀਂ ਸੀ ਉਹਨੂੰ ਦੁਨੀਆਦਾਰੀ ਬਾਰੇ ਕੁਝ ਨਹੀਂ ਸੀ ਪਤਾ ਕਿੰਤੂ ਕਰਦੇ ਨੇ ਨਾ ਕਿਉਂਕਿ ਬਾਣੀ ਦਾ ਆਪਣਾ ਫਰਮਾਨ ਹੈ ਕਿ ਮਾਨਕ ਕੀ ਕਰ ਟੇਕ ਨਾ ਜਾਣ ਗੁਰੂ ਨੂੰ ਵਿਅਕਤੀ ਦੇ ਤੁਲ ਨਾ ਜਾਣ ਮਿਲੀ ਨਮਾਣੇ ਮਾਣ ਉਹਨੂੰ ਪ੍ਰਮਾਤਮਾ ਤੋਂ ਲਿਜਾਣ ਆਮ ਵਿਅਕਤੀ ਨਹੀਂ ਫਿਰ ਤੈਨੂੰ ਮਾਣ ਮਿਲੇਗਾ ਬਾਣੀ ਦਾ ਆਪਣਾ ਫੈਸਲਾ ਗੁਰ ਪਰਮੇਸ਼ਰ ਇੱਕੋ ਜਾਣ ਮਿਲੀ ਨਮਾਣੇ ਮਾਣ ਅਸੀਂ ਪਰ ਗੁਰੂ ਨੂੰ ਵੀ ਆਮ ਵਿਅਕਤੀ ਸਮਝ ਲੈਂਦੇ ਹਾਂ ਬਹੁਤ ਸਾਰੇ ਇੱਦਾਂ ਦੇ ਨੇ ਨਾਸਤਕ ਸੋ ਸਾਧ ਸੰਗਤ ਜੀ ਜਿਹੜਾ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹ ਛੱਜੂ ਨੂੰ ਜਦੋਂ ਗੀਤਾ ਦੇ ਅਰਥ ਕਰਾਏ ਨੇ ਅੱਗੇ ਪੰਡਿਤ ਜੀ ਤੁਸੀਂ ਲਿਆ ਮਰਜ਼ੀ ਦਾ ਬੰਦਾ ਉਹ ਲਿਆਇਆ ਲਿਆ ਕੇ ਮਹਾਰਾਜ ਦੇ ਸਾਹਮਣੇ ਖੜਾਤਾ ਕਿ ਕੀ ਨਾਮ ਆਇਆ ਛੱਜੂ ਮਹਾਰਾਜ ਨੇ ਪੰਜੋਖਰੇ ਦੇ ਛੱਪੜ ਕੇ ਉਹਨੂੰ ਇਸ਼ਨਾਨ ਕਰਾ ਕੇ ਸੁੰਦਰ ਵਸਤਰ ਪਾਏ ਸਾਹਮਣੇ ਖੜਾ ਕੇ ਆ ਗਿਆ ਛੱਜੂ ਹੁਣ ਤੂੰ ਗਿਆਨਵਾਨ ਹੋ ਗਿਆ ਇਹ ਗਿਆਨਵਾਨ ਇੰਨੀ ਗੱਲ ਕਹਿਣ ਤੇ ਛੱਜੂ 14 ਵਿਦਿਆ ਦਾ ਗਿਆਤਾ ਬਣ ਗਿਆ ਅਰਥ ਕਰਕੇ ਸੁਣਾਓ ਫਿਰ ਸੁਣਵਾਏ ਮਹਾਰਾਜ ਇਹ ਉਹਦੇ ਖਾਨਦਾਨ ਦੇ ਵਿੱਚੋਂ ਹਿੰਮਤ ਲਾਏ ਜਿਹੜਾ ਮੋਤੀ ਰਾਮ ਆ ਨਾ ਇਹ ਭਤੀਜਾ ਇਹਦਾ ਪ੍ਰੋਫੈਸਰ ਕਿਸ਼ਨ ਸਿੰਘ ਜੀ ਨੇ ਇੱਕ ਸ਼ਹੀਦਨਾਮਾ ਲਿਖਿਆ ਕਿ ਕੋਈ ਮਿੰਟ ਉਹਦੇ ਵਿੱਚੋਂ ਲਿਖਦੇ ਹਨ ਮੋਤੀ ਰਾਮ ਸੰਗਤਪੁਰ ਵਾਸੀ ਸਰਹੰਦ ਅੰਦਰ ਪਿੰਡ ਸੀ ਸੰਗਤਪੁਰ ਮੋਤੀ ਰਾਮ ਸੰਗਤਪੁਰ ਵਾਸੀ ਰਾਮ ਨਾਮ ਜਪ ਪੁੰਨ ਕਮਾਸੀ ਹਿੰਮਤ ਸਿੰਘ ਤਿੱਤ ਚਾਚੂ ਜਾਨੋ ਪੰਜ ਪਿਆਰਿਆਂ ਨੂੰ ਮੈਂ ਪ੍ਰਧਾਨੋ ਜਿਹੜਾ ਹਿੰਮਤ ਸਿੰਘ ਪਿਆਰਾ ਨਾ ਪੰਜਾਂ ਪਿਆਰਿਆਂ ਚ ਮੋਤੀ ਰਾਮ ਦਾ ਚਾਚਾ ਹੈ ਹਿੰਮਤ ਸਿੰਘ ਤਿੱਤ ਚਾਚੂ ਜਾਨੋ
ਪੰਜ ਪਿਆਰਿਆਂ ਨੂੰ ਮੈਂ ਪ੍ਰਧਾਨ ਨੂੰ ਵਸੀਤੇ ਗਏ ਗ੍ਰਹਿ ਪ੍ਰਸਾਦ ਬਣਾਵੈ ਮਾਨ ਮਹਿਤ ਅਧਿਕਾਰੇ ਪਾਵੈ ਹਿੰਦੂ ਕਹਿੰਦੀ ਕਹੇ ਹਜ਼ਾਰ ਕਾਲਾ ਬਾਦ ਮੈਂ ਉਹ ਦਿਖਵਾਰ ਤਿੰਨ ਕੋ ਲੰਗਰ ਮੋਦੀ ਆਪ ਬਣਾਵੈ ਉਧਰ ਉੱਠ ਕੇ ਹਿੰਮਤ ਰਾਏ ਨੇ ਆਪਣਾ ਸੀਸ ਮਹਾਰਾਜ ਜੀ ਨੂੰ ਭੇਂਟ ਕੀਤਾ ਹੈ ਸਤਿਗੁਰੂ ਮਹਾਰਾਜ ਜੀ ਤੰਬੂ ਦੇ ਵਿੱਚ ਲੈ ਗਏ ਨੇ ਇਤਿਹਾਸ ਲਿਖਦਾ ਹੈ ਅਜੇ ਥੋੜਾ ਚਿਰ ਪਹਿਲਾਂ ਹੀ ਮਸੰਦ ਸਿਲਸਿਲਾ ਮਹਾਰਾਜ ਨੇ ਬੰਦ ਕੀਤਾ ਸੀ ਤੇ ਉਹ ਭੱਜੇ ਭੱਜੇ ਗਏ ਨੇ ਮਾਤਾ ਗੁਜਰ ਕੌਰ ਜੀ ਕੋਲ ਇਤਿਹਾਸ ਲਿਖਦਾ ਇਹ ਗੱਲ ਕਿ ਮਾਤਾ ਜੀ ਤੁਹਾਡੇ ਪਿਤਾ ਦਾ ਕੀਤਾ ਤਾਂ ਪੁੱਠਾ ਪੈ ਗਿਆ ਸੀਗਾ ਕਈ ਰੋਜ਼ ਤੋਂ ਦੇਖ ਰਿਹਾ ਕਿ ਹੋ ਕੀ ਰਿਹਾ ਜਾ ਕੇ ਦੇਖੋ ਹੁਣ ਤੁਹਾਡੇ ਤੋਂ ਪਹਿਲਾਂ ਸਿੱਖੀ ਦਾ ਕੋਈ ਅੱਖਾਂ ਨੀ ਕਿ ਤੁਸੀਂ ਹੁਣੇ ਦਰਬਾਰ ਦੇ ਵਿੱਚ ਨਾ ਗਏ ਸਾਡੇ ਦੇਖਦੇ ਦੇਖਦੇ ਕਈ ਸਿੱਖ ਝਟਕਾ ਤੇ ਮਗਰੋਂ ਪਤਾ ਨੀ ਕਿੰਨੇ ਝਟਕਾ ਤੇ ਉਹਨੇ ਆਪਣੇ ਪੁੱਤਰ ਨੂੰ ਜਾ ਕੇ ਰੋਕ ਲੋ ਵਰਨਾ ਸਿੱਖੀ ਖਾਸੀ ਇਹ ਉਹਨਾਂ ਦੇ ਆਪਣੇ ਲਾਭੀ ਨੇ ਗਿਆਨ ਸਿੰਘ ਜੀ ਲਿਖਦੇ ਨੇ ਮਾਤਾ ਪਾਸ ਮਸੰਦਰ ਜਾਏ ਹਾਲ ਸੁਣਾਇਓ ਬਹੁ ਡਰ ਖਾਏ ਮਾਤਾ ਜੀ ਤਿਲਕ ਪੋਤਰੇ ਕੋ ਬਗੀਚਾ ਅਜੀਤ ਸਿੰਘ ਵੱਡਾ ਸਾਹਿਬ ਜਾਂਦਾ ਤਿਲਕ ਪੋਤਰੇ ਕੋ ਬਗੀਚਾ ਇੰਨ ਕੋ ਇੱਕ ਦਾ ਪਕੜ ਰਗੀਚਾ ਮਾਤਾ ਜੀ ਹੁਣ ਸਮਾਂ ਆ ਗਿਆ ਤੁਸੀਂ ਆਪਣੇ ਵੱਡੇ ਪੋਤਰੇ ਨੂੰ ਬਰਿਆਈ ਦਾ ਤਿਲਕ ਦੋ ਤੇ ਇਹਨਾਂ ਨੂੰ ਇੱਕ ਦਾ ਹੁਣ ਬੰਨ ਕੇ ਰੱਖ ਲਓ ਤੇ ਮਸੰਦਾਂ ਦੇ ਆਪਣੇ ਕੋਲ ਨੇ ਮਾਤਾ ਕਹਿਣ ਲੱਗੀ ਪੁੱਤਰੋ ਨਾਲੇ ਤਾਂ ਮੇਰੇ ਪੁੱਤਰ ਨੂੰ ਗੁਰੂ ਗੁਰੂ ਸਮਝ ਕੇ ਮੱਥੇ ਟੇਕੀ ਜਾਂਦੀ ਹੋ ਤੇ ਨਾਲੇ ਭਰੋਸਾ ਵੀ ਨਹੀਂ ਕਰਦੇ ਉਹ ਜਾਓ ਭਾਜੋ ਰੋਜ਼ ਰੋਜ਼ ਨਹੀਂ ਹਜੇ ਸਮਾਂ ਆਇਆ ਕਰਦਾ ਜਾ ਕੇ ਦੇਖੋ ਕਦੋਂ ਤੱਕ ਕੀ ਹੋਣ ਵਾਲਾ ਰਿਜ਼ਲਟ ਵੀ ਆਉਣ ਵਾਲਾ ਹੈ ਮਗਰ ਮਹਾਰਾਜ ਜੀ ਨੇ ਦੋ ਸਿੱਖ ਹੋਰ ਝਟਕਾ ਦਿੱਤੇ ਨੇ ਮਹੁਕਮ ਚੰਦ ਤੇ ਸਾਹਿਬ ਰਾਏ ਦਇਆ ਸਿੰਘ ਦੇ ਰੂਪ ਵਿੱਚ ਦਇਆ ਆਈ ਪੱਥਰ ਦਿਨਾਂ ਤਾਈ ਦਇਆ ਬਾਣ ਕਰ ਗਏ ਧਰਮ ਸਿੰਘ ਦਾ ਧਰਮ ਦੀ ਆਤਮਾ ਸੀ ਕਾਂਏ ਮਟੋਲ ਦੇ ਧਰਮ ਇਮਾਨ ਕਰ ਗਏ ਹਿੰਮਤ ਆ ਪਾਈ ਹਿੰਮਤ ਸਿੰਘ ਬਣ ਕੇ ਸੋਨ ਚਿੜੀ ਨੂੰ ਬਾਜ ਸਮਾਨ ਕਰ ਗਈ ਮੋਕਮ ਸਿੰਘ ਆਇਆ ਆਈ ਹੁਕਮਰਾਨੀ ਸਾਰੇ ਦੇਸ਼ ਦਾ ਹੁਕਮਰਾਨ ਕਰ ਗਈ ਸਾਹਿਬ ਸਿੰਘ ਜਾਂ ਚੌਹਾਂ ਦੇ ਨਾਲ ਮਿਲਿਆ ਉਹ ਬਾਸਾ ਪੰਜਾਂ ਵਿੱਚ ਆਪ ਭਗਵਾਨ ਕੀਤਾ ਤਾਂ ਉਹ ਹੱਸ ਕੇ ਆਪ ਦਸ਼ਮੇਸ਼ ਜੀ ਨੇ ਅੰਮ੍ਰਿਤ ਉਹਨਾਂ ਤੋਂ ਆਪ ਵੀ ਪਾਨ ਕੀਤਾ ਹੈ ਕੋਈ ਇੱਦਾਂ ਦਾ ਗੁਰੂ ਸਾਹਿਬ ਸੰਗਤ ਜੀ ਜਿਹਨੇ ਆਪ ਪਹਿਲਾਂ ਉਹਨਾਂ ਨੂੰ ਦਿੱਤਾ ਹੋਵੇ ਖੈਰ ਤਾਂ ਕੀ ਦੁਰ ਗਿਆ ਮਹਾਰਾਜ ਜੀ ਪੰਜ ਸਿੱਖਾਂ ਨੂੰ ਅੰਦਰ ਲੈ ਕੇ ਉਧਰ ਮੈਦਾਨ ਖਾਲੀ ਹੁੰਦਾ ਜਾ ਰਿਹਾ ਹੈ ਹੁਣ ਫਿਰ ਸੰਗਤਾਂ ਉਡੀਕਣ ਲੱਗੀਆਂ ਕਿ ਮਹਾਰਾਜ ਹੁਣ ਆਏ ਜਿੰਨੇ ਕੁ ਸਮੇਂ ਚ ਆ ਜਾਂਦੇ ਸੀ ਨਹੀਂ ਆਏ ਆਖਿਰਕਾਰ ਆਏ ਨੇ ਪਰ ਹੁਣ ਇਕੱਲੇ ਨੀ ਨਾਲ ਪੰਜ ਸਿੱਖ ਨੇ ਸਵੇਤ ਸਤਿਗੁਰਾਂ ਦੇ ਛੇ ਸਿੱਖਾਂ ਦਾ ਜਥਾ ਆਈ ਆ ਕੇ ਜਦੋਂ ਮਹਾਰਾਜ ਜੀ ਸਟੇਜ ਦੇ ਉੱਤੇ ਖੜੇ ਨੇ ਨੀਲੇ ਚੋਲੇ ਪਹਿਨਾਏ ਹੋਏ ਸਿੱਖਾਂ ਨੂੰ ਕਸ਼ਹਿਰੇ ਹੱਥਾਂ ਚ ਕੜੇ ਨੇ ਢਾਕੀ ਤਲਵਾਰਾਂ ਨੀਲੀਆਂ ਦਸਤਾਰਾਂ ਉੱਤੇ ਚੱਕਰ ਸਜਾ ਕੇ ਮਹਾਰਾਜ ਜੀ ਜਦੋਂ ਬਾਹਰ ਲੈ ਕੇ ਆਏ ਇਹ ਖਬਰ ਫਿਰ ਜੰਗਲ ਦੀ ਅੱਗ ਤਰ੍ਹਾਂ ਆਲੇ ਦੁਆਲੇ ਦੂਰ ਦੂਰ ਤੱਕ ਫੈਲ ਗਈ ਉਹ ਸਿੱਖ ਤਾਂ ਜਿਉਂਦੇ ਨੇ ਉਹ ਸਿੱਖ ਤਾਂ ਜਿਉਂਦੇ ਨੇ ਫਿਰ ਜਿਹੜਾ ਵੀ ਦੇਖਦਾ ਉਹ ਭੱਜਿਆ ਆਉਂਦਾ ਏ ਜੇ ਪਤਾ ਹੁੰਦਾ ਮੈਂ ਵੀ ਸਿਰ ਦੇ ਦਿੰਦਾ ਉਹ ਜੇ ਪਤਾ ਹੁੰਦਾ ਮੈਂ ਵੀ ਆਪਣਾ ਸਿਰ ਦੇ ਦਿੰਦਾ ਪਰਸੋਂ ਜੇ ਗੱਲ ਕਰੀ ਸੀ ਉਹ ਮਿਸਤਰੀ ਦੇ ਠੇਕੇਦਾਰ ਨੂੰ ਜੇ ਪਤਾ ਹੁੰਦਾ ਇਹ ਘਰ ਮੈਨੂੰ ਮਿਲਣਾ ਏ ਮੈਨੂੰ ਫਿਰ ਬੜਾ ਸੁੰਦਰ ਬਣਾਉਂਦਾ ਅਸੀਂ ਪਿੱਛੇ ਰਹਿ ਜਾਂਦੇ ਹਾਂ ਸਭ ਤੱਕ ਜੀ ਮਹਾਰਾਜ ਜੀ ਨੇ ਲਿਆ ਕੇ ਪੰਜਾਂ ਪਿਆਰਿਆਂ ਨੂੰ ਸਟੇਜ ਉੱਤੇ ਖੜੇ ਕਰ ਦਿੱਤਾ ਏ ਤੇ ਸੰਗਤਾਂ ਨੂੰ ਸੰਬੋਧਨ ਕਰਕੇ ਆਖੇ ਨੇ ਖਾਲਸਾ ਜੀ ਅੱਜ ਤੋਂ ਇਹ ਸਾਡੇ ਅਕਾਲ ਪੁਰਖ ਦੇ ਸਾਡੇ ਹੋਏ ਪੰਜ ਪਿਆਰੇ ਨੇ ਇਹਨਾਂ ਦਾ ਆਖਿਆ ਅੱਜ ਤੋਂ ਸਾਡਾ ਆਖਿਆ ਹੋਵੇਗਾ ਮਹਾਰਾਜ ਜੀ ਨੇ ਨਾ ਫਿਰ ਸਤਲੁਜ ਦਰਿਆ ਦੇ ਵਿੱਚੋਂ ਭਰ ਕੇ ਗਾਗਰ ਪਾਣੀ ਦੀ ਮੰਗਾਈ ਆ ਪਾਣੀ ਦੀ ਗਾਗਰ ਮੰਗਾਈ ਆ ਸਭ ਸੰਗਤ ਜੀ ਜਲ ਦੀ ਉਹ ਮਹਾਰਾਜ ਜੀ ਦੇ ਕੋਲ ਜਦੋਂ ਆ ਜਾਂਦੀ ਹੈ ਨਾ ਸਤਿਗੁਰਾਂ ਨੇ ਉਹਨੂੰ ਚਰਨਾਂ ਦੇ ਨਾਲ ਛੁਆਇਆ ਸਿੱਖ ਨੂੰ ਭੇਜਤਾ ਜਾਂ ਦੋਹਰਿਆ ਇੱਕ ਹੋਰ ਭਰ ਕੇ ਲਿਆਇਆ ਸਤਲੁਜ ਦੇ ਵਿੱਚੋਂ ਪਾਣੀ ਦੀ ਗਾਗਰ ਭਰ ਕੇ ਸਿੱਖ ਲੈ ਕੇ ਆਇਆ ਪਾਣੀ ਦੇ ਬਣੇ ਰੰਗ ਨੇ ਉਹ ਪਾਣੀ ਦੀ ਉਪਰਾ ਮਾਤਾ ਜਿਹੜੀ ਕਹਿ ਰਹੇ ਜੇ ਤਾਂ ਅਸਮਾਨੋਂ ਡਿੱਗੇ ਪਾਣੀ ਉਹਨੂੰ ਕਹਿੰਦੇ ਯਾਰ ਫ੍ਰੀ ਜੇ ਧਰਤੀ ਤੋਂ ਜਾਂ ਸਮੁੰਦਰਾਂ ਚੋਂ ਸਮਾਨ ਵੱਲ ਉੜੇ ਉਹਨੂੰ ਆਖਿਆ ਜਾਂਦਾ ਹੈ ਭਾਫ ਜੇ ਉੱਪਰੋਂ ਪਾਣੀ ਜੰਮ ਜੰਮ ਕੇ ਡਿੱਗੇ ਉਹਨੂੰ ਆਖਿਆ ਜਾਂਦਾ ਹੈ ਗੜੇ ਔਲੇ ਜਾਂ ਗੋਲੇ ਪਿੰਡਾਂ ਵਿੱਚ ਉੱਧਰ ਜ਼ਿਆਦੇ ਪੈਂਦੇ ਨੇ ਹਿੰਦੁਸਤਾਨ ਵਿੱਚ ਜੇ ਜੰਮ ਕੇ ਡਿੱਗੇ ਤਾਂ ਉਹਨੂੰ ਆਖਿਆ ਜਾਂਦਾ ਹੈ ਗੜੇ ਤੇ ਸਤਸੰਗ ਜੀ ਜੇ ਉੱਪਰੋਂ ਡਿੱਗ ਕੇ ਜੰਮੇ ਫਿਰ ਬਰਫ਼ ਆਖਿਆ ਜਾਂਦਾ ਸਨੋਹ ਆਖਿਆ ਜਾਂਦਾ ਆਲੇ ਦੁਆਲੇ ਬੜੀ ਪਈ ਹੋਈ ਹੈ ਜੇ ਫੁੱਲਾਂ ਉੱਤੇ ਪਵੇ ਆ ਪਾਣੀ ਦਾ ਰੂਪ ਧਿਆਨ ਦਿਓ ਜੇ ਕਿਤੇ ਫੁੱਲਾਂ ਉੱਤੇ ਪੈ ਜਾਵੇ ਉਹਨੂੰ ਆਖਿਆ ਜਾਂਦਾ ਹੈ ਤਰੇਲ ਜੇ ਕਿਤੇ ਸਤਸੰਗ ਜੀ ਆ ਸਾਡੇ ਸਰੀਰ ਦੇ ਵਿੱਚੋਂ ਨਿਕਲੇ ਨਾ ਸਰੀਰ ਦੇ ਵਿੱਚੋਂ ਇਹਨੂੰ ਆਖਿਆ ਜਾਂਦਾ ਹੈ ਪਸੀਨਾ ਜੇ ਇੱਕ ਜਗ੍ਹਾ ਜਮ੍ਹਾਂ ਹੋ ਕੇ ਖੜ ਜਾਵੇ ਉਹਨੂੰ ਆਖਿਆ ਜਾਂਦਾ ਝੀਲ ਜੇ ਉਹਦੇ ਵਿੱਚੋਂ ਤੁਰਨ ਲੱਗ ਪਵੇ ਵਹਿਣ ਲੱਗ ਪਵੇ ਤਾਂ ਆਖਿਆ ਜਾਂਦਾ ਨਦੀ
ਜੇ ਕਿਨਾਰਿਆਂ ਦੇ ਵਿੱਚ ਵਿੱਚ ਰਹੇ ਤਾਂ ਆਖਿਆ ਜਾਂਦਾ ਹੈ ਸਤਸੰਗਤ ਜੀ ਜੀਵਨ, ਜੇ ਕਿਤੇ ਬਾਹਰ ਆ ਜਾਵੇ ਤਾਂ ਆਖਿਆ ਜਾਂਦਾ ਹਨ। ਦੇਖਿਆ ਸੀ ਸਲਾਮੀ ਲੈਣਾ ਹਰਵਿੰਦਰ ਸਿੰਘ ਜੀ ਜਾ ਕੇ ਆਏ ਨੇ ਕੱਲ ਬੈਲਕੋਰ ਦੀ ਧਰਤੀ ਤੇ, ਇਹਨਾਂ ਨੂੰ ਵੀ ਰੁਕਣਾ ਪੈ ਗਿਆ, ਪਰ ਰਸਤੇ ਵਿੱਚ ਸਤਸੰਗ ਜੀ ਉੱਥੇ ਨਿੱਕਾ ਜਿਹਾ ਹੜ ਆਇਆ ਹੋਇਆ ਸੀ। ਜੇ ਨਦੀ ਦੇ ਵਿੱਚ ਵਿੱਚ ਲਵੇ ਤਾਂ ਜੀਵਨ, ਜੇ ਬਾਹਰ ਆ ਜਾਵੇ ਤਾਂ ਤਬਾਹੀ ਹੜ। ਸਤਸੰਗਤ ਜੀ ਜੇ ਕਿਤੇ ਖੰਡੇ ਦੀ ਧਾਰ ਦੇ ਵਿੱਚੋਂ ਲੰਘ ਜਾਵੇ ਤਾਂ ਅੰਮ੍ਰਿਤ ਬਣ ਜਾਂਦਾ ਹੈ, ਜੇ ਭੱਠੀ ਵਿੱਚੋਂ ਲੰਘ ਜਾਵੇ ਤਾਂ ਇਹਨੂੰ ਆਖਿਆ ਜਾਂਦਾ ਸ਼ਰਾਬ। ਪਰ ਇਸੇ ਪਾਣੀ ਨੂੰ ਕਲਗੀਧਰ ਪਾਤਸ਼ਾਹ ਨੇ ਪੰਜਾਂ ਬਾਣੀਆਂ ਦੇ ਜ਼ਰੀਏ ਫੇਰ ਕੇ ਖੰਡਾ ਪਾਣੀ ਨੂੰ ਬਣਾ ਦਿੱਤਾ ਆਪੇ ਹਿਆਤ, ਕਿਉਂਕਿ ਜਿਹੜਾ ਅੰਮ੍ਰਿਤ ਹੈ ਸਤਸੰਗਤ ਜੀ ਹਰ ਇੱਕ ਧਰਮ ਦੇ ਵਿੱਚ ਤੁਹਾਨੂੰ ਮਿਲੇਗਾ। ਜਿਵੇਂ ਕਿ ਯੂਨਾਨੀ ਲੋਕ ਇਹਨੂੰ ਆਖਦੇ ਨੇ ਨੈਕਟਰ, ਮੁਸਲਮਾਨ ਲੋਕ ਆਖਦੇ ਨੇ ਆਪੇ ਹਿਆਤ, ਤੇ ਜਿਹੜੇ ਹਿੰਦੂ ਜਨਵੀਰ ਨੇ ਉਹ ਆਖਦੇ ਨੇ ਸੋਮ ਰਸ, ਈਸਾਈ ਜਾਂ ਹੋਰ ਜਿਹੜੇ ਪਾਰਸੀ ਲੋਕ ਵਗੈਰਾ ਨੇ ਉਹ ਕਹਿੰਦੇ ਨੇ ਬਪਤਿਸਮਾ, ਤੇ ਆਪਾਂ ਕਹਿੰਦੇ ਹਾਂ ਇਹਨੂੰ ਅੰਮ੍ਰਿਤ। ਤੇ ਗੁਰੂ ਵਾਲਾ ਬਣਨ ਦੇ ਲਈ ਹਰ ਇੱਕ ਸਿੱਖ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ। ਸਤਿਗੁਰ ਵਾਜੋ ਗੁਰ ਨਹੀਂ ਕੋਈ ਨਗੋਏ ਕਾ ਹੈ ਨਾ ਬੁਰਾ।